ਆਪਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਪੰਜਾਬੀ ਫਿਲਮਾਂ ਇਸ ਵੇਲੇ ਇੱਕ ਇਹੋ ਜਿਹੇ ਦੌਰ ਤੋਂ गुज़र ਰਹੀ ਹੈ ਜਿਹਦਾ ਇੱਕ ਕੁਝ ਕਿਹਾ ਨਹੀਂ ਜਾ ਸਕਦਾ ਮਗਰ ਜਿਹੜੀ ਵੱਡੀ ਬਜਟ ਦੀਆਂ ਫਿਲਮਾਂ ਨੇ ਉਹ ਹਮੇਸ਼ਾ ਪੰਜਾਬੀ ਫਿਲਮਾਂ ਵਿੱਚ ਇੱਕ ਸਨੈਰੀ ਉਮੀਦ ਲੈ ਕੇ ਆਉਂਦੀ ਹੈ ਜਿਸ ਤਰ੍ਹਾਂ ਜੱਟ ਜੇਮਸ ਬੌਂਡ ਲੈ ਕੇ ਆ ਰਹੀ ਹੈ ਜਿਸ ਵਚਨ ਸਰ ਆਉਣ ਵਾਲੇ ਨੇ ਪੰਜਾਬ ਦੇ ਜੱਟ ਗਿੱਪੀ ਗਰੇਵਾਲ ਵੈਲਕਮ ਟੂ ਡੇ ਐਂਡ ਨਾਈਟ ਪੀਸ ਥੈਂਕ ਯੂ ਜੀ ਥੈਂਕ ਯੂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਅੱਜ ਇਹ ਜਿਹੜਾ ਫਿਲਮ ਦਾ 뮤직 ਲਾਂਚ ਹੋਇਆ 뮤직 ਬਾਰੇ ਸਵਾਲ ਕਰਨਾ ਚਾਹਾਂਗੇ ਕਿਸ ਤਰ੍ਹਾਂ ਦਾ 뮤직 ਹੈ ਕਿਉਂਕਿ ਆਪਾਂ ਦੇਖਦੇ ਪੰਜਾਬੀ ਫਿਲਮਾਂ ਦਾ ਜਿਹੜਾ 뮤직 ਹੁੰਦਾ ਉਸ ਤਰ੍ਹਾਂ ਦਾ ਨਹੀਂ ਹੁੰਦਾ ਜਿਸ ਤਰ੍ਹਾਂ ਪਹਿਲਾਂ ਸਿੰਗਰਸ ਐਲਬਮ ਲਈ ਗਾਇਆ ਕਰਦੇ ਸੀ ਤੇ ਇਸ ਐਲਬਮ ਤੇ 뮤직 ਦੇ ਬਾਰੇ ਦੱਸੋ ਬਿਲਕੁਲ ਜੀ ਇਸ ਫਿਲਮ ਦਾ ਐਕਚੁਅਲੀ ਕੀ ਸੀਗਾ ਮੇਰੇ ਲਈ ਇਹ ਫਿਲਮ ਬਹੁਤ ਇੰਪੋਰਟੈਂਟ ਫਿਲਮ ਸੀਗੀ ਜੀ ਕਿਉਂਕਿ ਬੜੀ ਡਿਫਰੈਂਟ ਜਨਰ ਦੀ ਇਹ ਫਿਲਮ ਤਿਆਰ ਕੀਤੀ ਹੈ ਸੋ ਫਿਲਮ ਦੇ ਅਕੋਰਡਿੰਗ ਹੀ ਫਿਲਮ ਦਾ ਮਿਊਜ਼ਿਕ ਬਣਾਇਆ ਜੀ ਸੋ ਦੋ ਗਾਣੇ ਰਾਹਤ ਸਾਹਿਬ ਦੇ ਨੇ ਦੋ ਆਰਫ ਜੀ ਦੇ ਗਾਣੇ ਨੇ ਉਸ ਤੋਂ ਬਣਾ ਤਿੰਨ ਗਾਣੇ ਮੇਰੇ ਨੇ ਆ ਮਿਊਜ਼ikal ਫਿਲਮ ਆ ਜੀ ਬੈਕ ਗ੍ਰਾਉਂਡ ਉੱਤੇ ਕਾਫੀ ਅਧਾਰਤ ਆ ਸੋ ਉਸ ਕਰਕੇ ਗਾਣੇ ਇਦਾਂ ਦੇ ਪਾਉਣੇ ਜਾਂ ਰਿਕੁਆਇਰਮੈਂਟ ਵੀ ਸੀ ਤੇ ਅਸੀਂ ਪਾਏ ਵੀ ਅਸੀਂ ਫਿਲਮ ਨਾਲ ਪੂਰਾ ਇਨਸਾਫ ਕੀਤਾ ਜੀ ਬਾਕੀ ਗਾਣੇ ਫਿਲਹਾਲ ਜਿੰਨੇ ਆਏ ਨੇ ਸੁਣ ਕੇ ਸਾਰਿਆਂ ਨੇ ਐ ਕਿ ਯਾਰ ਬਹੁਤ ਹੀ ਜ਼ਿਆਦਾ ਵਧੀਆ ਮਿਊਜ਼ਿਕ ਆ ਕਿਉਂਕਿ ਇਸ ਤੋਂ ਪਹਿਲਾਂ ਮਿਰਜ਼ਾ ਫਿਲਮ ਦਾ ਮਿਊਜ਼ਿਕ ਇੱਕ ਇਸ ਤਰ੍ਹਾਂ ਦਾ ਆਇਆ ਸੀਗਾ ਜਿਹੜਾ ਬਹੁਤ ਹੀ ਕਲਾਸਿਕ ਕਿ ਸੀਗਾ ਸੋ ਮੈਨੂੰ ਲੱਗਦਾ ਉਸ ਤੋਂ ਬਾਅਦ ਇਹ ਫਿਲਮ ਦਾ 뮤직 ਆਇਆ ਡੈਫੀਨਿਟਲੀ ਵਧੀਆ ਲੱਗ ਰਿਹਾ ਜੀ ਫੈਨਸ ਨੂੰ ਅੱਛਾ ਤੁਸੀਂ ਪੰਜਾਬ ਦੇ ਬਹੁਤ ਹੀ ਫੇਮਸ ਪੋਪੂਲਰ ਕਲਾਕਾਰ ਹੋ ਪੋਪੂਲਰ ਸਿੰਗਰ ਵੀ ਹੋ ਤੁਸੀਂ ਤੇ ਜਦੋਂ ਹੋਰ ਪੋਪੂਲਰ ਸਿੰਗਰਸ ਦੇ ਜਦੋਂ ਤੁਹਾਡੀ ਫਿਲਮ ਚ ਗਾਣੇ ਐਕਟ ਕਰਨ ਦਾ ਮੌਕਾ ਮਿਲਦਾ ਹੈ ਤੇ ਉਸ ਗਾਣੇ ਨੂੰ ਜਿੱਦਾਂ ਰਾਹਤ ਸਾਹਿਬ ਦਾ ਗਾਣਾ ਹੈ ਉਸ ਗਾਣੇ ਨੂੰ ਜਸਟੀਫਾਈ ਐਜ਼ ਐਨ ਐਕਟਰ ਕਿਸ ਤਰ੍ਹਾਂ ਕਰਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਜੀ ਵੈਸੇ ਮੈਂ ਰਾਹਤ ਸਾਹਿਬ ਦਾ ਫੈਨ ਆ ਜੀ ਸੋ ਉਹਨਾਂ ਦੇ ਗਾਣੇ ਤਾਂ ਮੈਨੂੰ ਵੈਸੇ ਹੀ ਬਹੁਤ ਵਧੀਆ ਲੱਗਦੇ ਆ ਸੋ ਕਿਉਂਕਿ ਜਦ ਨਾ ਸੋ ਗਾਣਾ ਬਲੌਕਬਸਟਰ ਸੀਗਾ ਸੋ ਹੁਣ ਇਹਦੇ ਵਿੱਚ ਦੋ ਗਾਣੇ ਨੇ ਰਾਹਤ ਸਾਹਿਬ ਦੇ ਸੋ ਬੜੀ ਵਧੀਆ ਗਾਣੇ ਨੇ ਮਤਲਬ ਗਾਣੇ ਵੀ ਇੱਦਾਂ ਦੇ ਨੇ ਉਹਨਾਂ ਦੇ ਕਿ ਤੁਸੀਂ ਕਹੋਗੇ ਕਿ ਯਾਰ ਵਾਕਿਆ ਹੀ ਬੈਸਟ ਸੌਂਗ ਹੈ ਨਾ ਤੇ ਬਹੁਤ ਵਧੀਆ ਲੱਗਿਆ ਉਸ ਵੇਲੇ ਨਾ ਦੋ ਗਾਣੇ ਨੇ ਆਰਫ ਜੀ ਦੇ ਸੋ ਉਹ ਮਿਰਜ਼ੇ 'ਚ ਵੀ ਸੀਗਾ ਇੱਕ ਆਰਫ ਦਾ ਮਿਰਜ਼ਾ ਬਟ ਇਹ ਵਾਲੇ ਗਾਣੇ ਬਹੁਤ ਵਧੀਆ ਨੇ ਜੀ ਜੁਗਨੀ ਇਹਦੇ 'ਚ ਤੇ ਇੱਕ ਮੁਹੱਬਤ ਦੇ ਦਿਲਚੋਪੂਲੇਖੇ ਨਹੀਂ ਜਾਂਦੇ ਸੋ ਬਹੁਤ ਡਿਫਰੈਂਟ ਟਾਈਪ ਦੇ ਗਾਣੇ ਨੇ ਮੈਨੂੰ ਬਹੁਤ ਵਧੀਆ ਲੱਗਦਾ ਟੀਕਾ ਟੋਕ ਐਟ ਲੀਸਟ ਇੱਕ ਇਹ ਆ ਕਿ ਇੱਕ ਤੁਹਾਨੂੰ ਨਵੇਂ ਤਰੀਕੇ ਦਾ ਗਾਣੇ ਦੇ ਉਤੇ ਅਟੈਂਪਟ ਕਰਨ ਨੂੰ ਮਿਲਦਾ ਵਾ ਨਹੀਂ ਤਾਂ ਇੱਕ ਆਪਣੀ ਵੋਕਲ ਦੇ ਨਾਲ ਅਸੀਂ ਯੂਜ਼ ਟੂ ਹੋਏ ਹੁੰਦੇ ਆ ਅਸੀਂ ਉਦਾਂ ਹੀ ਕਰਦੇ ਆ ਸੋ ਉਸ ਕਰਕੇ ਮੈਨੂੰ ਵਧੀਆ ਲੱਗ ਰਿਹਾ ਹੈ ਅੱਛਾ ਹੁਣ ਜਿਸ ਤਰ੍ਹਾਂ ਫਿਲਮ 25 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਹੁਣ ਤੁਸੀਂ ਪ੍ਰੋਮੋਸ਼ਨਸ ਤੇ ਨਿਕਲ ਜਾਓਗੇ ਪ੍ਰੋਮੋਸ਼ਨ ਇੱਕ ਐਕਟਰ ਲਈ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੇ ਨਾਲ ਦੀ ਨਾਲ ਕਈ ਫੈਨਸ ਨਾਲ ਇੰਟਰੈਕਟ ਕਰਨ ਦਾ ਵੀ ਮੌਕਾ ਮਿਲਦਾ ਹੈ ਤੇ ਕ ਆ ਟਿਕਾਵਟ ਤਾਂ ਹੁੰਦੀ ਹੈ ਜੀ ਬਟ ਆਏ ਆ ਕਿ ਦੇਖੋ એનર્ਜੀ ਲੈਵਲ ਇੰਨਾ ਹੋਇਆ ਹੁੰਦਾ ਵਾ ਸੋਨੂੰ ਫੈਨਸ ਨੂੰ ਮਿਲ ਕੇ ਲੋਕਾਂ ਨੂੰ ਮਿਲ ਕੇ ਤੁਹਾਡਾ ਵਾਲਾ ਬੜਾ ਅਪ ਹੋਇਆ ਹੁੰਦਾ ਵਾ ਸੋਨੂੰ ਐ ਲੱਗਦਾ ਹੁੰਦਾ ਕਿ ਯਾਰ ਜੋ ਹੋਊਗਾ ਬੈਸਟ ਏ ਹੋਊਗਾ ਸੋ ਖੁਸ਼ ਰਹਨੇ ਆ ਸੋ ਸਾਰੀ ਦਾੜੀ ਘੁੰਮਦਿਆਂ ਸੋ ਇਹ ਲੱਗਦਾ ਕਿ ਯਾਰ 25 ਤਰੀਕ ਨੂੰ ਇਸੀ ਦਾ ਰਿਜ਼ਲਟ ਆਉਣਾ ਵਾ ਸੋ ਟਰਾਈ ਕਰੀਏ ਕਿ ਹੋਰ ਜ਼ੋਰ ਮਾਰੀਏ ਸੋ ਟਾਇਰਡਨੈਸ ਦੂਰ ਹੋ ਜਾਂਦੀ ਹੈ ਜੀ ਤੇ ਇੱਕ ਇਹ ਜੀ ਫਿਲਮ ਐ ਪੰਜਾਬੀ ਫਿਲਮ ਚ ਪਹਿਲੀ ਵਾਰ ਮੇਰੇ ਖਿਆਲ ਨਾਲ ਫੈਂਟਮ ਇਫੈਕਟ ਐ ਇਸ ਫਿਲਮ ਚ ਤੇ ਉਸ ਦੇ ਬਾਰੇ ਕੁਝ ਦੱਸਣਾ ਚਾਹੂਗਾ ਯਾਨੀ ਕਿ ਤਮ ਆ ਬਿਲਕੁਲ ਜੀ ਅਸੀਂ ਨਾਰਮਲੀ ਕੀ ਹੈ ਕਿ ਅਸੀਂ ਆ ਐਪਿਕ ਤੇ ਸ਼ੂਟ ਕਰਦੇ ਆ ਜੀ ਇਹ ਰੈਡ ਐਪਿਕ ਦੇ ਉੱਤੇ ਸੋ ਮੇਰੇ ਖਿਆਲ ਦੇ ਵਿੱਚ ਕੋਈ 120 ਫਰੇਮਸ ਜਾਂ ਕੁਛ ਇੰਨੇ ਕੀ ਸलो मोਸ਼ਨ ਦੇ ਵਿੱਚ ਇੰਨਾ ਕੀ ਸ਼ੂਟ ਕਰਦਾ ਸੋ ਅਕਸਰ ਤੌਰ ਤੇ ਅਸੀਂ ਪਹਿਲਾਂ ਬਾਲੀਵੁੱਡ ਦੀਆਂ ਫਿਲਮ ਹਾਲੀਵੁੱਡ ਦੀਆਂ ਦੇਖਦੇ ਹੁੰਦੇ ਸੀ ਫਿਰ ਬਾਲੀਵੁੱਡ 'ਚ ਵੀ ਆਉਣ ਲੱਗਿਆ ਕਿ ਜੀ ਐਦਾਂ ਮੌਕਾ ਮਾਰਿਆ ਬਿਲਕੁਲ ਸਲੋ ਹੋ ਗਿਆ ਸਾਰਾ ਕੁਝ ਵੀ ਇਹ ਕਿੱਦਾਂ ਚੀਜ਼ਾਂ ਹੋ ਜਾਂਦੀਆਂ ਨੇ ਸੋ ਫਿਰ ਪਤਾ ਲੱਗਿਆ ਜੀ ਇਹ ਫੈਂਟਮ ਤੇ ਕੈਮਰਾ ਇੱਕ ਆਉਂਦਾ ਫੈਂਟਮ ਸੋ ਉਹਦੇ ਤੇ ਸ਼ੂਟ ਕਰਦੇ ਆ ਜੀ ਸੋ ਫਿਰ ਫੈਂਟਮ ਦਾ ਮੈਂ ਪੂਰਾ ਪੜਿਆ ਫਿਰ ਮੈਂ ਰੋਹੀ ਤਰ੍ਹਾਂ ਗੱਲ ਕੀਤੀ ਉਹ ਕਹਿੰਦਾ ਹਾਂ ਯਾਰ ਫੈਂਟਮ ਤੇ ਕਰ ਸਕਦੇ ਆ ਅਗਰ ਕੁਮਾਰਾ ਕੁਝ ਐਸਾ ਹੈ ਫਿਰ ਹਮ ਅਜ਼ੀਓ ਡਾਈਨ ਕੀਤੀਆਂ ਚੀਜ਼ਾਂ ਫਿਰ ਉਹਨੂੰ ਕੈਮਰਾ ਲਿਆ ਕੇ ਅਸੀਂ ਸ਼ੂਟ ਕੀਤਾ ਸੋ ਪਹਿਲੀ ਵਾਰ ਹੀ ਪੰਜਾਬੀ ਚੋ ਯੂਜ਼ ਹੋਇਆ ਵਾ ਸੋ ਬਹੁਤ ਅੱਛੀਆਂ ਚੀਜ਼ਾਂ ਨੇ ਜੀ ਕਾਫੀ ਉਸ ਤੋਂ ਬਿਨਾ ਵੀ ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਫਿਲਮ ਚ ਫਰਸਟ ਟਾਈਮ ਅਟੈਂਪਟ ਹੋਈਆਂ ਜੀ ਅੱਛਾ ਜ਼ਰੀਨ ਖਾਨ ਨਾਲ ਤੁਸੀਂ ਕੰਮ ਕੀਤਾ ਜ਼ਰੀਨ ਬਾਰੇ ਕੀ ਕਹੋਗੇ ਗੈਟਅਪ ਚ ਪੂਰੇ ਪੰਜਾਬ ਬਣ ਲੱਗਦੇ ਪਏ ਨੇ ਉਹ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਐ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੀ ਜੀ ਔਰ ਦੂਸਰਾ ਉਹਨਾਂ ਦੀ ਜਿਦਾਂ ਕਹ ਲਈਏ ਕਿ ਉਹਨਾਂ ਨੂੰ ਸੂਟ ਬੜਾ ਕੀਤਾ ਦੇਸੀ ਜੱਟੀ ਦਾ ਰੋਲ ਸਾਰਿਆਂ ਨੇ ਲਾਈਕ ਕੀਤਾ ਗਿਆ ਯਾਰ ਸੂਟਾਂ ਦੇ ਵਿੱਚ ਬੜੀ ਅੱਛੀ ਲੱਗ ਰਹੀ ਹੈ ਬਾਕੀ ਉਹਨਾਂ ਦਾ ਸਵੀਟ ਜੀ ਕੁੜੀ ਦਾ ਇੱਕ ਪੰਜਾਬਣ ਕੁੜੀ ਦਾ ਰੋਲ ਹੈ ਜਿਹੜੀ ਇੱਕ ਬੜੇ ਗਰੀਬ ਮੁੰਡੇ ਨੂੰ ਪਿਆਰ ਕਰਦੀ ਹੈ ਛਿੰਦੇ ਨੂੰ ਤੇ ਮੈਨੂੰ ਲੱਗਦਾ ਕਿ ਬੜਾ ਜਸਟੀਫਾਈ ਕੀਤਾ ਰੋਲ ਦੇ ਨਾਲ ਔਰ ਦੂਸਰਾ ਇਹ ਆ ਕਿ ਫਿਲਮ ਮੈਂ ਪੂਰੀ ਦੇਖੀ ਫਿਲਮ ਦੇ ਵਿੱਚ ਬਹੁਤ ਹੀ ਵਧੀਆ ਫੀਲ ਹੈ ਹਨਾ ਸੋ ਬਹੁਤ ਵਧੀਆ ਲੱਗਦਾ ਵਾ ਤੇ ਮੈਨੂੰ ਲੱਗਦਾ ਸਾਰੇ ਬੰਦੇ ਲਾਈਕ ਕਰਨਗੇ ਉਹਨਾਂ ਦੇ ਰੋਲ ਜੀ ਜੀਪੀਜੀ ਇਸੇ ਹੀ ਉਮੀਦ ਕਰਦੇ ਆ ਕਿ ਸਾਰੇ ਬੰਦੇ ਤੁਹਾਡਾ ਵੀ ਰੋਲ ਲਾਈਕ ਕਰਨ ਤੇ ਆਪਣੇ ਦਰਸ਼ਕਾਂ ਲਈ ਹੋਰ ਕੋਈ ਤੁਹਾਡਾ ਸਿੰਗਲ ਟਰੈਕ ਆ ਰਿਹਾ ਆਉਣ ਵਾਲੇ ਟਾਈਮ 'ਚ ਆ ਬਿਲਕੁਲ ਜੀ ਇੱਕ ਦੋ ਮੈਂ ਸਿੰਗਲ ਟਰੈਕਸ ਦੇ ਉੱਤੇ ਵਰਕ ਕਰ ਰਿਹਾ ਵਾ ਮੈਨੂੰ ਲੱਗਦਾ ਕਿ ਫਿਲਮ ਬਾਅਦ ਹੋਰ 15 20 ਦਿਨਾਂ ਤੋਂ ਬਾਅਦ ਮੈਂ ਰਿਲੀਜ਼ ਕਰੂੰਗਾ ਜੀ ਇੱਕ ਦੋ ਟਰੈਕ इस वेल साहे एक्टर मौजूद है जिन्हों के चेहरे से सुकून है तो जिन्हों की समाइल देखकर दिल धड़कना तेज़ हो जाए जी हाँ मैं गल कर रहा जरीन खान जो की जो कि नज़र आने वाले ने पंजाबी फिल्म जट जेम्स बॉन्ड विच वेलकम टू डी एन एंक यू सबसे पहले आपको आ, पूछना चाहूँगा कि पंजाबी फिल्म आपने जैसे कि पिछले ऑन लोकेशन के इंटरव्यू में कहा था एन एक्टर इज़ एन एक्टर वो चाहे किसी भी रीजनल फिल्म में काम करे या मेन स्ट्रीम बॉलीवुड में काम करे तो जो पंजाबी सिनेमा में आपका जो पहला डिसीजन था हाउ डिड यू डिसाइड के डिस यू टू डू दिस फिल्म द स्क्रिप्ट जब मुझे स्क्रिप्ट नरेट की गई थी यू नो you know, सुनते वक्त ही मुझे इतना मज़ा आ रहा था एंड आई वॉज एक्चुअली विजुअलाइजिंग थिंग्स एंड लाफिंग ओवर दै तो स्क्रिप्ट uh, मुझे बड़ी इंटरेस्टिंग लगी बहुत मज़ेदार लगी एंड देन प्लस यू नो वर्किंग ऑपोजिट गिप्पी हु इज़ सुपर स्टार ऑफ पंजाबी सिनेमा तो आई थिंक मुझे डिसीजन लेने में बिल्कुल मुश्किल नहीं हुई जब इतनी सारी अच्छी चीज़ें थी फिल्म में तो अच्छा जैसे कि हमने प्रोमोज में देखा आप पंजाबी के कैरेक्टर में बहुत अच्छे जेल किया आपने सूट यू आर लुकिंग लाइक टिपिकल जट्टी तो पंजाबी बोलने में डायलैक्ट्स में स्क्रिप्ट में परेशानी हुई और आपने कोप अप कैसे किया वेल uh, well, पंजाबी बोलने में मुश्किल तो हुई लेकिन ज़्यादा नहीं क्योंकि uh, मुझे पंजाबी बड़े अच्छे से समझ में आती है बोलने में थोड़ी दिक्कत होती है बिकॉज ऑफ द एक्सेंट यू नो वो जो लहेजा होता है वो थोड़ा पकड़ने में थोड़ी मुश्किल होती है बट आई एम श्योर आफ्टर डूइंग अ कपल ऑफ मोर बी अप्रूव इन दैट टू बट या देवर पीपल देवर वेरी हेल्पफुल पीपल लाइक गिप पी एंड रोहित पीपल ऑन द सेट्स जो मुझे बड़ा बहुत हेल्प किया टू गेट देंग ऑफ द लैंग्वेज एंड या अगर पंजाबी सिनेमा की बात की जाए तो आपका जो जितना भी एक्सपीरियंस रहा पंजाब में शूट का किस तरह रहा कहाँ कहाँ घूमी आप क्या क्या देखने को मिला बहुत अच्छा रहा uh, दिस इज़ द फर्स्ट टाइम जब मैंने uh, पंजाब के जो बोलते हैं टिपिकल गाँव पिंड जो आप बोलते हैं वो मैंने फ़र्स्ट टाइम एक्सपीरियंस किया फर्स्ट टाइम देखा है वी यूज़ टू गो टू दिस यू नो एक डेढ़ घंटे का ड्राइव करके जाते थे uh, ये गाँव में यानी वॉज इट यूज़ टू बी सो ब्यूटिफुल लाइक ग्रीनरी सरसों के खेत और यू uh, नो you know, ये छोटे छोटे घर कच्चे पक्के मकान और uh, लोग इतने अच्छे थे तो दैट वाज माय फर्स्ट एक्सपीरियंस ऑफ एक्चुअली गोइंग टू अ विलेज तो वो बहुत अच्छा लगा मुझे सो दैट्स व्हाई द होल एक्सपीरियंस वाज फैबुलस और जट जेम्स बॉन्ड के अलावा और आपके फैंस और कौन से प्रोजेक्ट्स में देख सकते हैं आप वेल मेरी अभी एक और फिल्म रिलीज होगी जुलाई में uh, हिंदी फिल्म कॉल्ड अमर मज़दाई सो आई एम वेटिंग फॉर दैट नाउ आफ्टर दिस फिल्म लास्ट क्वेश्चन आपने जैसे इस बार पंजाबी फिल्म में काम किया तो are you planning to work in uh, in a few punjabi films more of course abi uh, if i get uh, great scripts like this one i will definitely work more in punjabi cinema thank you so much thank you thank you esi ke sade nal zareen khan jinna ne keha ke punjabi filma da jehda experience hai bahut changa riya te pinda ch ghum ke te hariyali dekh ke kheta di ohna nu swad aa gaya hun vekhna eh hovega ki janta nu film vekh ke kinna ko swad aau cameraman shavan kumar de nal jaideep bitra day and night news chandigarh